ਤਾੜਾ ਜੀ ਹਾਂਜੀ ਤਾੜਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਰਪ ਫਾਰਮਰ ਇਹ ਬੇਸਿਕਲੀ ਮੇਰਾ ਅੱਜ ਦਾ ਬਲੌਗ ਜਿਹੜਾ ਹੈ ਨਾ ਦੂਜੇ ਨੰਬਰ ਦਾ ਬਲੌਗ ਆ ਬੇਸਿਕਲੀ ਸਭ ਤੋਂ ਪਹਿਲੇ ਵਾਲਾ ਬਲੌਗ ਮੇਰਾ ਕਣਕਾਂ ਵਾਲਾ ਸੀਗਾ ਉਹ ਮੈਂ ਪਾਇਆ ਨਹੀਂ ਫਿਰ ਮੈਂ ਸ਼ਿਮਲੇ ਬਣਾਇਆ ਉਹ ਵੀ ਨਹੀਂ ਪਾਇਆ ਇਹ ਬੇਸਿਕਲੀ ਮੈਂ ਪਹਿਲਾਂ ਪਾਉਣਾ ਆ ਬਟ ਇਹ ਹੈਗਾ ਤੀਜੇ ਨੰਬਰ 'ਤੇ ਆ ਸੋ ਅਸੀਂ ਦਰਿਆ ਦੇ ਕੰਢੇ 'ਤੇ ਹਾਂ ਸਤਲੁਜ ਦੇ ਰੂਪੜ ਲਵੇ ਅਤੇ ਸ਼ੋ ਏਰੀਅਲ ਸ਼ੋਟ ਲੈਣਾ ਇੱਕ ਸਾਡੀ ਇੱਕ ਹੋਰਰ ਫਿਲਮ ਹੈ ਨਾਈਟਮੇਅਰ ਉਹਦੇ ਲਈ ਅਤੇ 15-20 ਮਿੰਟ ਦੀ ਆ ਅਸੀਂ ਇਸ ਹਫ਼ਤੇ ਰਿਲੀਜ਼ ਕਰ ਦੇਣੀ ਆ ਸੋ ਉਹਦੇ ਲਈ ਇੱਕ ਸ਼ੋਟ ਲੈਣ ਲਈ ਆਏ ਹਾਂ ਅਤੇ ਅਸੀਂ ਸੂਰਜ ਦੀ ਟਿੱਕੀ ਜਿਹੜੀ ਥੱਲੇ ਜਾਣ ਨੂੰ ਵੇਟ ਕਰਦੇ ਹਾਂ ਗੋਲਡਨ ਸਾਡਾ ਸੁੰਡਾ ਵਰਫ ਅੰਗਰੇਜ਼ੀ 'ਚ ਗੱਲਾਂ ਮਾਰ ਰਿਹਾ ਕਿਸੇ ਗੱਲ ਅਤੇ ਮੈਂ ਕਿਹਾ ਚੱਲ ਮੈਂ ਇੰਟਰੋਡਕਸ਼ਨ ਜੀ ਬਣਾ ਲਵਾਂ ਆਪਣੇ ਬਲੌਗ ਦੇ ਲਈ ਮੈਨੂੰ ਬੋਲਣਾ ਨਹੀਂ ਬਾਹਲਾ ਆਉਂਦਾ ਪਰ ਮੈਂ ਸਿੱਖ ਰਿਹਾ ਹਾਂ ਕਿਉਂਕਿ ਜਿਹੜੇ ਪਹਿਲੇ ਬਲੌਗ ਬਣਾਏ ਸੀਗੇ ਉਹਨਾਂ ਵਿੱਚ ਵਧੀਆ ਨਹੀਂ ਬੋਲਿਆ ਪਰ ਹੁਣ ਮੇਰੇ ਅੰਦਰ ਕੌਨਫੀਡੈਂਸ ਜਾਗ ਗਿਆ ਸੋ ਮੈਂ ਬਣਾਉਣਾ ਸ਼ੁਰੂ ਕਰ ਦਿੱਤਾ ਬਲੌਗ ਥੋੜ੍ਹਾ ਥੋੜ੍ਹਾ ਬੋਲਣਾ ਆ ਗਿਆ ਆਉਂਦੇ ਬਲੌਗਾਂ ਵਿੱਚ ਮੈਂ ਵਧੀਆ ਬੋਲਣ ਲੱਗ ਪਾਉਣਾ ਬੇਸਿਕਲੀ ਪਤਾ ਕਿਉਂ ਮੈਂ ਬਲੌਗ ਬਣਾਉਣ ਲੱਗ ਪਿਆ ਜਦੋਂ ਸ਼ੂਟ ਕਰਾਂਗੇ ਉਹਦਾ ਵੀ ਦਿਖਾ ਦਾਂਗੇ ਆਪਾਂ ਤਾਂ ਬਟ ਇੱਥੇ ਕਿ ਕਣਕਾਂ ਹੁੰਦੀਆਂ ਕਣਕਾਂ ਦੀ ਸੀਜ਼ਨ 'ਚ ਮੇਰੀ ਮਤਲਬ ਪਸੰਦੀਦਾ ਫੇਵਰਟ ਜਗ੍ਹਾ ਆ ਇੱਥੇ ਮੈਂ ਅਕਸਰ ਆ ਕੇ ਇੱਥੇ ਜਾਣਾ ਦਰਿਆ ਹੈ ਵਗਦਾ ਆ ਪਰਲੇ ਪਾਸੇ ਪਾਣੀ ਦਾ ਹੈ ਨਾ ਅਤੇ ਇਹ ਕਣਕਾਂ ਹੁੰਦੀਆਂ ਪਤਾ ਨਹੀਂ ਕਿਉਂ ਖਾਲੀ ਛੱਡੇ ਹੋਏ ਖੇਤ ਇਹਨਾਂ ਨੇ ਵਧੀਆ ਜਗ੍ਹਾ ਜੀ ਇਹ ਕੁਆਈਟ ਪਲੇਸ ਬਸ ਸਾਡੇ ਬੰਦੇ ਦੀ ਉੱਧਰ ਆਵਾਜ਼ ਆ ਰਹੀ ਉੱਚੀ ਉਹ ਦੇਖੋ ਜੀ ਸਾਡਾ ਜਹਾਜ਼ ਉੱਡ ਗਿਆ ਏ ਏਰੀਅਲ ਸ਼ੋਟ ਦੇ ਲਈ ਪੰਜਾਬ ਦਾ ਅਤੇ ਭਾਅ ਜੀ ਕਹਿੰਦੇ ਭਾਅ ਜੀ ਬੁਲਾ ਰਹੇ ਨੇ ਮੈਨੂੰ ਭਾਈ ਕਿਹੜਾ ਡਰੋਨ ਇਹ ਇਹ ਹੈਗਾ ਜੀ ਫੈਂਟਮ 4 ਪ੍ਰੋ ਹੈ ਫੈਂਟਮ 4 ਪ੍ਰੋ ਪ੍ਰੋ ਇਹ ਜੀ ਇਹਨਾਂ ਦੀਆਂ ਬੈਟਰੀਆਂ ਇਹਨਾਂ ਦਾ ਦੇਖ ਕੇ ਚਲਾਉਣ ਵਾਲਾ ਅਤੇ ਇਹ ਭਾਅ ਜੀ ਨੇ ਸਿਮਰਪ੍ਰੀਤ ਸਿੰਘ ਸੰਧੂ ਆਹ ਫਿਲਟਰ ਲੱਗਾ ਭਾਅ ਜੀ ਥੱਲੇ ਫਿਲਟਰ ਲੱਗਾ ਫਿਲਟਰ ਲੱਗਾ ਹੋਇਆ ਲੱਗਿਆ ਭਾਅ ਜੀ ਐਂਡੀ ਫਿਲਟਰ ਭਾਅ ਜੀ ਐਂਡੀ ਫਿਲਟਰ ਭਾਅ ਜੀ ਅਤੇ ਇਹ ਨੇ ਸਿਮਰਪ੍ਰੀਤ ਸਿੰਘ ਸੰਧੂ ਬਲੂ ਹੌਕ ਏਰੀਅਲ ਸਿਮਟੋਗ੍ਰਾਫੀ ਅਤੇ ਇਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਸਿੰਘੂ ਬਾਰਡਰ 'ਤੇ ਵੀ ਜਿਹੜੀ ਪੰਜਾਬ ਨੇ ਸਾਰੇ ਨੇ ਵਰਤੀ ਫੁਟੇਜ ਵਰਤੀ ਵਰਤੀ ਅਤੇ ਇਹਨਾਂ ਨੇ ਸ਼ੂਟ ਕੀਤਾ ਸੀਗਾ ਸੋ ਇਹ ਅੱਜ ਦੇ ਸਾਡੇ ਅਸਿਸਟੈਂਟ ਜੀਤ ਦਰਾਲੀ ਜੀ ਫਿਲਮਸ ਤੋਂ ਅਤੇ ਇਹਨਾਂ ਨੇ ਸਾਨੂੰ ਇੱਕ ਸ਼ਾਰਟਕੱਟ ਦੱਸਿਆ ਸੀਗਾ ਅਸੀਂ ਇਹਨਾਂ ਦਾ ਇੱਕ ਅੱਜ ਇਹ ਜਿਹੜਾ ਕਾਲਾ ਪਰ ਹੈ ਨਾ ਇਹ ਹੈ ਨਹੀਂ ਸੀਗਾ ਅਤੇ ਅਸੀਂ ਸਰਹੰਦ ਤੋਂ ਲੈ ਕੇ ਆਏ ਅਤੇ ਇਹਨਾਂ ਸਰਹੰਦ ਦਾ ਰਾਹ ਸਾਨੂੰ ਦੱਸਿਆ ਸ਼ਾਰਟਕੱਟ 4 ਕਿਲੋਮੀਟਰ 5 ਕਿਲੋਮੀਟਰ ਰਾਹ ਸ਼ਾਰਟ ਸੀਗਾ ਸੋ ਬਾ ਕਮਾਲ ਰੋਡ ਹੈ ਜੀ ਉਹੀ ਰੋਡ ਅੱਜ ਤੱਕ ਨਹੀਂ ਦੇਖੀ ਮੈਂ ਕਮਾਲ ਦੀ ਰੋਡ ਪੰਜਾਬ 'ਚ ਮਤਲਬ ਬੰਬ ਸੁੱਟੋ ਜਿਹੜੀ ਸੁਖਬੀਰ ਬਾਦਲ ਭਾਜੀ ਵਾਲੀ ਰੋਡ ਹੈ ਨਾ ਉਹ ਆ ਭਾਜੀ ਆਹ ਅਸੀਂ ਸ਼ਬਦ ਨਹੀਂ ਸੀ ਵਰਤਣੇ ਹੈਗੇ ਕਿਹੜੇ ਭਾਜੀ ਆਹ ਹੀ ਬੰਬ ਸੁੱਟੋ ਹਾਂ ਕਹਿੰਦੇ ਬੰਬ ਸੁੱਟੋ ਭਾਜੀ ਉਹ ਕਹਿੰਦੇ ਉੱਥੇ ਰੋਡ ਤੇ ਬੰਬ ਸੁੱਟ ਕੇ ਦੇਖ ਲਓ ਕਹਿੰਦੇ ਇਦਾਂ ਓਕੇ ਇਦਾਂ ਸੀਗਾ ਕਿਆ ਸੀਗਾ ਭਾਜੀ ਉਹ ਪਈ ਆਪਣਾ ਕਿਆ ਸੀਗਾ ਚਲੋ ਠੀਕ ਆ ਸੋ ਅਸੀਂ 1-2 ਸ਼ਾਰਟ ਲੈਣ ਲੱਗੇ ਆ ਰਾਹ ਦੇ ਜੰਗਲ ਵੇਲਿਆਂ ਦੇ ਤੇ ਮਹਾਰਾਜ ਦਾ ਨਾਂ ਲੈ ਲਿਆ ਗਿਆ ਹੈ ਤੇ ਇਹ ਅੱਜ ਦਾ ਮੌਸਮ ਹੈ ਇਹ ਦੇਖੋ ਜੀ ਡਾਇਰੈਕਟਰ ਸਾਹਿਬ ਦੇਖ ਰਹੇ ਨੇ ਨਾਲ ਇਹ ਜਹਾਜ਼ ਉੱਡਣ ਨੂੰ ਤਿਆਰ ਹੈ ਸਾਡੇ ਕੈਮਰੇ 'ਤੇ ਜਿਹੜਾ ਨਵਾਂ ਮੁੰਡਾ ਅੱਜ ਮੇਰਾ ਫਸਟ ਐਵਰ ਟ੍ਰੇਨੀ ਆ ਤਾਂ ਉਹਨੂੰ ਕੱਟ ਮਾਰਨ ਨੂੰ ਮੈਂ ਵੈਸੀ ਗੱਲ ਕੀਤੀ ਸੀ ਵੀ ਕੱਟ ਮਾਰਨਾ ਤਾਂ ਉਹਨੇ ਪਹਿਲੇ ਕੱਟ ਮਾਰਤਾ ਬਾਹਲਾ ਫਾਸਟ ਆ ਬਾਈ ਹੈ ਨਾ ਅਤੇ ਉਹ ਪਿੱਛੇ ਪਹਾੜ ਆ ਸਾਡਾ ਸਮਟੋਗ੍ਰਾਫਰ ਏਰੀਅਲ ਬਿਜ਼ੀ ਆ ਤਦ ਤੱਕ ਮੈਂ ਕਿਹਾ ਚਲੋ ਵੀਡੀਓ ਨੇ ਕੱਟ ਮਾਰਤਾ ਸੀ ਮੈਂ ਗੱਲ ਪੂਰੀ ਕੀਤੀ ਨਹੀਂ ਸੀ ਚਲੋ ਕੋਈ ਗੱਲ ਨਹੀਂ ਖੈਰ ਆਪਾਂ ਅਗਲੇ ਕੱਟ ਵਿੱਚ ਦੱਸਦੇ ਹਾਂ
कि आपां किहड़ा शॉट लिया आ ते शॉट भी एक ला दूंगा मैं लास्ट विच इस ब्लॉग दे कि आपां की शॉट लिया गया सी साडे वल्लों। ते बस बेसिकली मेरे सैल्फ ब्लॉग ने इहदे च मैं ना किसी ब्रांड नूं प्रमोट करना आ मतलब ना किसी नूं अपने आप नूं ही आ। देखो मुंडे दा फोन बज गया विच उन्हें साइलेंट कर दिता कोई चक्कर नहीं काटिया जी इत्थे भाई कट मार दो। ये है जी साडा अज दा जहाज ड्रोन ये उड्डन लगा जी। ये साडे ड्रोन पायलट सिमरप्रीत सिंह संधू जी ते एक इन्होंने साडा सिंघू बॉर्डर ते एरियल शूट किया एरियल सिनेमेटोग्राफी सिंघू बॉर्डर वाली फार्मर प्रोटेस्ट इन्होंने की थी सी। ते इधर ये होने लगा जी सनसैट ब्यूटीफुल बहू तो ये असी शूट कर लगे सानू शॉट चाहिए सीगा। ये बेसिकली साढ़े जो मैं इंट्रोडक्शन पहले क्या जी पहले भाजी बिजी सके सो असी शॉट लैन लगे हाँ। ये मेरा अज का असिस्टेंट है भाई जीत दुराली तो इन्होंने भाई साहब का ड्रोन तोड़ दे की तोड़िया भाजी ट्राईपोड ट्राईपोड तोड़ता। ये देखो जी सनसैट बहुत सोहना हो रहा तो ये होर सोहना हो जाना देखो जी भाजी ने कुर्सी कढ़ ली है चौधरी जी बह गए ने जुटिया इहदा शॉट मैं इस ब्लॉग के वैसे अखीर विच पा दूंगा ते फोकस कदे ब्लर करता ने ओ जी ते जहाज उड्डिया जा रहा है। बाकी देखते हैं जी ब्लॉग बारे होर की जानकारी मिलती सानू जद तक साढ़े एरियल सिनेमेटोग्राफर शॉट लै रहे हैं जी मैं उन्हों का ब्यूटीफुल कंपोजिशन शॉट लै लवा भी भाई वह बैठे ने साढ़े एरिया जी ओ दूर साढ़ा ड्रोन गया हुआ है। देखो सिनेमेटोग्राफर पूरा टावर नाल बैठे ने ये जी साढ़े अज दे डीओपी एरियल स्कैम एरियल सिनेमेटोग्राफर ब्लू हॉक सिनेमेटोग्राफी जलंधर वाले सिमरप्रीत सिंह संधू जी। देखो जी डीओपी साहब बैठे ने टावर नाल बेसिकली जी मैं डायरेक्टर हाँ बट इतने कोई डायरेक्टर नहीं है अपना स्टॉक शॉट कढ़ रहे हैं और सामने सूरज छिप रहा है सामने साडा ड्रोन आ जाओ भाजी नेड़े ने भाजी हम पिछली वीडियो पूरी दिखा लग पी भाजी इतना घूम के सामने भी आ जाओ दर्शन कराओ इन्हें कोई शॉट चेंज कर लगे सन दे नाल ट्री लैन लगा मैं ठीक है कोई नहीं लै लो जी देख सकते हैं जी साढ़े सिनेमेटोग्राफर साहब बैठे ने उन्हों का भी मैं खड़ा सी ट्राईपोड टुट गया हाँ ट्राईपोड जो सामने कैमरे पर भाई ने ट्रक ने नहीं ट्राईपोड तोड़ता
ਤੇ ਇਹ ਸਾਡਾ ਬਲੌਗ ਬਣ ਰਿਹਾ ਏ, ਮਤਲਬ ਹਾਰ ਪਰਫਾਰਮਰ ਦਾ ਭਾਜੀ ਬਲੌਗ, ਕੋਈ ਚੱਕਰ ਤਾਂ ਨਹੀਂ, ਇਤਰਾਜ਼ ਤਾਂ ਨਹੀਂ ਤੁਹਾਨੂੰ? ਅਤੇ ਇਹ ਮਸ਼ਹੂਰ ਸਮਟੋਗ੍ਰਾਫਰ ਨੇ, ਅਸੀਂ ਸ਼ੂਟ ਕਰ ਰਹੇ ਹਾਂ ਬੇਸਿਕਲੀ ਕਿ ਇਹ ਸ਼ੋਟ ਆ, ਜਿਵੇਂ ਤੁਸੀਂ ਬਾਹਰਲੇ ਮੁਲਕਾਂ ਦੀਆਂ ਵੀਡੀਓਜ਼ ਦੇਖਦੇ ਹੁੰਦੇ ਹਾਂ ਵੀ ਅਸ ਅਕਸਰ ਸਾਊਂਡ ਚੱਲਦੀ ਹੁੰਦੀ, ਨਾਲ ਵੱਖਰੇ ਵੱਖਰੇ ਪਹਾੜਾਂ ਦੇ ਦਰਿਆਵਾਂ ਦੇ ਸ਼ੋਟ ਚੱਲਦੇ ਹੁੰਦੇ ਆ। ਸੋ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਵੀ ਐਵੇਂ ਦੇ ਸ਼ੋਟ ਬਣਾ ਲਵਾਂ ਪੰਜਾਬ ਦੇ। ਸੋ ਅੱਜ ਅਸੀਂ ਪਹਿਲੇ ਦਿਨ ਕੁਝ ਕੁ ਦਰਿਆ ਦੇ ਸ਼ੋਟ ਆ, ਕੁਝ ਕੁ ਪੰਜਾਬ ਦੇ ਜੰਗਲ ਦੇ ਆ, ਕੁਝ ਕੁ ਪੰਜਾਬ ਦੇ ਪਹਾੜ ਜਿਹੜੇ ਲੱਗਦੇ ਨਾਲ ਉਹਨਾਂ ਦੇ ਆ, ਫਿਰ ਪੰਜਾਬ ਦੇ ਪਿੰਡ ਵੀ ਹੋਣਗੇ, ਖੇਤ ਵੀ ਹੋਣਗੇ, ਕਣਕਾਂ ਵੀ ਹੋਊਗੀਆਂ, ਮਤਲਬ ਐਵੇਂ ਸਭਾ ਵਾ ਕੁਛ ਹੋਊਗਾ ਇਹਦੇ 'ਚ ਜੀ ਆਉਂਦੇ ਸਮਿਆਂ ਲਈ। ਸੋ ਅੱਜ ਦੀ ਦਿਹਾੜੀ ਇਹ ਕਿ ਅਸੀਂ ਸਨਸੈੱਟ ਸ਼ੂਟ ਕਰ ਰਹੇ ਹਾਂ, ਸੂਰਜ ਡੁੱਬ ਰਿਹਾ, ਉਹ ਟਿੱਕੀ ਬਣ ਗਈ ਪੂਰੀ ਐਨ। ਆਪਾਂ ਨੂੰ ਕੋਈ ਸ਼ੱਕ ਨਹੀਂ ਇਹਨਾਂ 'ਤੇ, ਇਹ ਮੈਨੂੰ ਦਿਖਾਉਂਦੇ ਰਹਿੰਦੇ ਪਰ ਮੈਂ ਦੇਖਦਾ ਨਹੀਂ ਹੈਗਾ, ਕਿਉਂਕਿ ਆਪਾਂ ਨੂੰ ਕੋਈ ਸ਼ੱਕ ਨਹੀਂ ਹੈਗਾ ਇਹਨਾਂ 'ਤੇ। ਉਹ ਸਾਡਾ ਡਰੋਨ ਆ ਰਿਹਾ ਜੀ, ਅਤੇ ਇਹ ਅਸੀਂ ਮੇਰੇ ਖਿਆਲ ਨਾਲ ਆ ਭਾਈ ਡਰੋਨ ਵਾਲਿਆਂ ਨੂੰ ਜਾਇਓ ਕੈਮਰਾ ਲੈ ਕੇ। ਇਹ ਸਾਡਾ ਅੱਜ ਦਾ ਭਾਜੀ ਬਾਜ, ਇਹਨਾਂ ਦੇ ਨੀਲੀ ਪੱਗ ਇਹਨਾਂ ਨੇ ਬੰਨੀ ਹੋਈ ਆ ਤਾਂ ਕਰਕੇ ਹੈਨਾ ਜੀ, ਤਾਂ ਹੈ ਭਾਜੀ ਬਲੂ ਹੌਕ ਨੀਲਾ ਬਾਜ ਉਹਦੇ ਭਾਈ ਨੀਲਾ ਰੰਗ ਪਸੰਦ ਬਹੁਤ ਨੀਲਾ ਰੰਗ ਪਸੰਦ ਹੈ ਜੀ ਇਹਨਾਂ ਨੇ ਨੀਲਾ ਹੈਨਾ। ਅਰੇ ਗੁਰੂ ਗੋਬਿੰਦ ਸਿੰਘ ਦਾ ਬਾਜ ਵੀ ਨੀਲਾ ਸੀ ਕਹਿੰਦੇ, ਨੀਲਾ ਘੋੜਾ ਸੀ ਸੱਚ ਨੀਲਾ। ਚਲੋ ਇਤਿਹਾਸ ਹੀ ਚੇਂਜ ਕਰਨ ਲੱਗੇ ਸੀ ਸਰਦਾਰ ਜੀ ਸਾਡਾ, ਕੋਈ ਗੱਲ ਨਹੀਂ, ਉਹ ਸ਼ਬਦਾਂ ਦਾ ਹੇਰ ਫੇਰ ਹੋ ਗਿਆ ਨਾ ਘੋੜਾ ਹੀ ਕਹਿਣਾ ਸੀ। ਉਹ ਚਲੋ ਕੋਈ ਗੱਲ ਨਹੀਂ, ਇੰਨਾ ਕੁ ਤਾਂ ਪੋਸੀ ਉਹ ਹੋ ਸਕਦਾ, ਕੋਈ ਚੱਕਰ ਨਹੀਂ। ਸੋ ਉਹ ਡਰੋਨ ਚਲਾ ਗਿਆ ਸਾਡਾ, ਕੱਟਣ ਨੂੰ ਫਿਰਦਾ, ਇੱਦਾਂ ਨਹੀਂ ਕੱਟਣ ਦੇਣਾ ਛੋੜ, ਕਹਿੰਦਾ ਕੱਟ ਦੇਵਾਂ ਮੈਂ ਕਿਤੇ, ਥੱਕ ਗਿਆ ਵਾ ਹੈ, ਥੱਕ ਗਿਆ ਨਹੀਂ ਸ਼ੁਕਰ ਆ ਬਹੁ, ਤੂੰ ਟ੍ਰਾਈਪੋਡ ਤੋੜਤਾ। ਸੋ ਗੁੰਮ ਜਿਹਾ ਬਾਹਲਾ ਹੋਇਆ ਆ, ਹਵਾ ਨਹੀਂ ਚੱਲ ਰਹੀ ਅੱਜ ਬੇਸਿਕਲੀ, ਤਾਂ ਕਰਕੇ ਬੱਦਲ ਜਿਹਾ ਵੀ ਹੋਇਆ ਆ, ਮੀਂਹ ਵੀ ਨਹੀਂ ਵਰਿਆ। ਕੀ ਹੋਇਆ? ਕੋਈ ਚੱਕਰ ਨਹੀਂ ਹੈਗਾ ਭਾਜੀ, ਇੱਦਾਂ ਹੀ ਖੜ੍ਹਦੇ ਹੁੰਦੇ ਆਪਾਂ। ਉਹ ਭਾਜੀ ਇੱਲਾਂ 'ਚ ਉੱਡ ਗਈਆਂ, ਉਹ ਨਹੀਂ ਆਉਣੀਆਂ ਨਾ। ਇਹ ਕਹਦੀ ਭਾਜੀ ਬੈਟਰੀ ਕੱਢ ਗਈ? ਚਲੋ ਕੋਈ ਨਹੀਂ ਭਾਜੀ, ਅਸੀਂ ਪਾਣੀ ਦੇ ਲਾਗੇ ਲਾਗੇ ਸ਼ੋਟ ਲੈ ਸਕਦੇ ਆਪਾਂ? ਉਹ ਲੈ ਲਿਆ ਪਾਣੀ, ਨਹੀਂ ਥੋੜ੍ਹਾ ਜਿਹਾ ਲਾਗੇ ਭਾਜੀ, ਪਾਣੀ 'ਤੇ ਇੰਨਾ ਇੰਨੀ ਫਿੱਟ ਭਾਜੀ, ਪਾਣੀ 'ਤੇ ਇੰਨਾ ਉਹਨੇ ਲਾਤਾ ਭਾਜੀ, ਅਸੀਂ ਲਾ ਸਕਦੇ। ਚਲੋ ਠੀਕ ਹੈ ਜੀ, ਚਲੋ ਭਾਜੀ ਮੈਨੂੰ ਕੈਮਰਾ ਫੜਾ ਦਿਓ, ਤੁਸੀਂ ਆ ਜਾਓ, ਨਹੀਂ ਕੱਟਿਓ ਨਾ, ਕੱਟ ਨਾ ਕਰਿਓ, ਅਤੇ ਮੈਂ ਕੈਮਰੇ ਦੀ ਅੱਖ ਤੋਂ ਮੈਂ ਦਿਖਾ ਦੇਵਾਂ। ਇਹ ਹੈ ਜੀ ਬੇਸਿਕਲੀ ਅੱਜ ਦਾ ਸਕਾਈ, ਆ ਉਹ ਸੂਰਜ ਦੀ ਟਿੱਕੀ, ਆਹ ਜੀ ਸਾਡਾ ਬਾਜ ਮੁੜ ਕੇ ਆ ਰਿਹਾ ਜੀ, ਫੋਕਸ ਕਾਹਦੇ ਨਹੀਂ ਕਰ ਰਿਹਾ ਭਾਈ, ਆਹ ਹੁਣ ਹੋਇਆ ਬਾਜ ਸਾਡੀ ਵੀਡੀਓ ਬਣਾ ਰਿਹਾ ਏ ਲੈਂਡਿੰਗ ਦੀ, ਇਹ ਨਾਲ ਸਾਨੂੰ ਸ਼ੂਟ ਕਰ ਰਿਹਾ ਏ। ਦੇਖਿਆ
ਬਾਜ ਕੀੜੇ ਖਾ ਗਿਆ ਏ ਤੇ ਓਏ ਹੋਏ ਹੋਏ ਫੋਟੋਗ੍ਰਾਫਰ ਚੌਧਰੀ ਜੀ ਨੇ ਦੇਖੋ ਲੈਂਡਿੰਗ ਕਰਾ ਰਿਹਾ ਪੂਰੀ ਬਾਜ ਦੀ ਦੇਖੋ ਜੀ ਲੈਂਡਿੰਗ ਕਰਾਤੀ ਹੈ ਇਹਦੇ ਵਿੱਚ ਵੀ ਸਾਡੀ ਵੀਡੀਓ ਬਣੀ ਹੈ ਇਹਦੇ ਵਿੱਚ ਵੀ ਭਾਅ ਜੀ ਹੋਰ ਕੁਛ ਬਾਜ ਅੱਜ ਦਾ ਪੈਕਅਪ ਹੈ ਜੀ ਭਾਅ ਜੀ ਲਓ ਜੀ ਕਰਾ ਫਿਰ ਹੈ ਪੱਕੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਉਹ ਸਾਡੀ ਸੂਰਜ ਦੀ ਟਿੱਕੀ ਅੱਜ ਦਾ ਬਲੌਗ ਇੱਥੇ ਮੁੱਕਦਾ ਹੈ ਜੀ ਸੋ ਫਿਰ ਅਸੀਂ ਨਵੇਂ ਬਲੌਗ 'ਚ ਮਿਲਾਂਗੇ ਬਾਕੀ ਦੇ ਮੈਂ ਬਲੌਗ ਪਾ ਦੂੰਗਾ ਚੰਗੇ ਲੱਗੇ ਤਾਂ ਦੱਸਿਓ ਅਗਲੇ ਬਲੌਕਾਂ 'ਚ ਵਿੱਚ ਇੰਪਰੂਵਮੈਂਟ ਮਿਲੂਗੀ ਤੁਹਾਨੂੰ ਚੰਗਾ ਜੀ ਚੜ੍ਹਦੀ ਕਲਾ ਜੀ ਆ ਜੀ ਥੈਂਕ ਯੂ ਵੀਰੇ ਲਵ ਯੂ ਲਓ ਜੀ ਭਾਈ ਸਾਹਿਬ ਪੈਕੇਜਿੰਗ ਕਰ ਰਹੇ ਆਪਣੀ ਅਤੇ ਸਾਡਾ ਡਰੋਨ ਦਾ ਅੱਜ ਦਾ ਪਾਰਟ ਮੁੱਕ ਗਿਆ ਏ ਹੋਰ ਤਾਂ ਕੁਛ ਨਹੀਂ ਹੋਰ ਕੀ ਬਲੌਗ 'ਚ ਪਾਉਂਦੇ ਹੁੰਦੇ ਭਾਅ ਜੀ ਤੁਸੀਂ ਦੱਸੋ ਬਸ ਇੱਦਾਂ ਹੀ ਗੱਲਾਂ ਹੁੰਦੀਆਂ ਅਤੇ ਇਹ ਦੇਖੋ ਡਰੋਨ ਵਾਲਾ ਸਾਡਾ ਪਾਇਲਟ ਜਿਹੜਾ ਨਾ ਮੁੰਡੇ ਕੋਲ ਆਲ ਇੰਡੀਆ ਲਾਇਸੈਂਸ ਆ ਹੈ ਨਾ ਭਾਅ ਜੀ ਹੀ ਇਜ਼ ਵੈਰੀ ਬਿਜ਼ੀ ਨਾਲ ਲੱਗਦੇ ਕੰਮ ਤੋਂ ਛੁੱਟੀ ਮਿਲੀ ਫੋਨ ਤੇ ਉਹ ਨਹੀਂ ਬਾਈ ਉਹ ਅਗਲੀਆਂ ਕੋਟੇਸ਼ਨਾਂ ਨਹੀਂ ਯਾਰ ਥੋੜਾ ਤੁਹਾਡੇ ਪਿਆਰ ਸਦਕਾ ਥੋੜਾ ਬਿਜ਼ੀ ਰਹੀਦਾ ਵੀਰ ਜੀ ਹਾਏ 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 ਪੈਨ ਇੰਡੀਆ ਕੰਮ ਚੱਲ ਰਿਹਾ ਕੰਮ ਸ਼ੁਰੂ ਹੋ ਗਿਆ ਵੀਰ ਜੀ ਪੈਨ ਇੰਡੀਆ ਹਾਂ ਉਹ ਚੱਕਰ ਹੈ ਚੰਗਾ ਜੀ